ਵੇਲਾ ਖਾਣ ਦੀ ਤੈਨੂੰ ਆਦਤ ਹੋ ਗਈ ਹੈ, ਵੇਲਾ ਬਹਿਣ ਦੀ ਤੈਨੂੰ ਆਦਤ ਹੋ ਗਈ ਹੈ। ਕਹਿਣ ਨੂੰ ਤੂੰ ਤੂੰ ਕਹਿੰਦਾ ਹੈ ਤੂੰ ਰਾਜਾ ਹੈ, ਮੇਰੇ ਖਿਆਲ ਚ ਤੇਰੇ ਵੱਡਾ ਭਿਖਾਰੀ ਕੋਈ ਨਹੀਂ। ਕਹਿਣ ਨੂੰ ਤੂੰ ਕਹਿੰਦਾ ਹੈ ਤੂੰ ਰਾਜਾ ਹੈ, ਕਹਿਣ ਨੂੰ ਤੂੰ ਕਹਿ ਦੇਗਾ ਤੇ ਮੈਂ ਤਾਂ ਉਹੀ ਕਰ ਲਵਾਂਗਾ ਜੋ ਕੋਈ ਨਹੀਂ ਕਰ ਸਕਦਾ। ਬਾਈ ਇੱਕ ਹੁੰਦੀ ਹੈ ਅੰਦਰ ਆਤਮਾ, ਉਹ ਹੁੰਦੀ ਹੈ ਸਟਰੋਂਗ। ਸਰੀਰ ਨੂੰ ਅਗਰ ਤੂੰ ਚਿਲਾਏਗਾ ਨਹੀਂ ਤੇ ਅੰਦਰ ਆਤਮਾ ਤੂੰ ਕਰ ਦੇਗੀ। ਅਗਰ ਇਹ ਜੀਵਨ ਹੈ ਆਤਮਾ ਨਹੀਂ, ਸਰੀਰ ਖਤਮ ਹੋ ਜਾਏਗਾ ਆਤਮਾ ਨਹੀਂ। ਉਹਨੂੰ ਚਿਲਾਏਗਾ ਸਰੀਰ ਨੂੰ ਜੋ ਤੂੰ ਕਹਿਣਾ ਹੈ ਹੋਊਗਾ, ਸਭ ਕੁਛ ਬਣ ਜਾਂਦਾ ਹੈ। ਯੋ ਯੋ ਹਣੀ ਸਿੰਘ, ਆਤਮਾ ਬਹੁਤ ਸਟਰੋਂਗ ਹੈ ਗੰਦਾ ਆਦਮੀ, ਮਗਰ ਉਹਦਾ ਸਰੀਰ ਵੀ ਸਟਰੋਂਗ ਹੈ। ਕਿਉਂ? ਉਹ ਚਾਹੁੰਦਾ ਹੈ ਜੋ ਮੈਂ ਕਰਾਂਗਾ ਮੈਂ ਹਾਸਿਲ ਕਰਾਂਗਾ। ਹਰ ਬੰਦੇ ਨੂੰ ਗੰਦਾ ਹੋਣਾ ਪੈਂਦਾ ਹੈ, ਘਰ ਬੈਠੇ ਸ਼ਰੀਫਾ ਬਣ ਕੇ ਕੁਛ ਨਹੀਂ ਹੋਣਾ। ਮਤਲਬ ਮੇਰਾ ਕਹਿਣ ਦਾ ਮਤਲਬ ਹੈ, ਆਪਣੇ ਸਰੀਰ ਨੂੰ ਵਧੀਆ ਬਣਾਓ, ਸਟਰੋਂਗ ਬਣਾਓ, ਜੋ ਆਤਮਾ ਕਹਿੰਦੀ ਹੈ ਉਹ ਕਰਕੇ ਵਿਖਾਓ। ਜਿਹੜੀ ਆਤਮਾ ਤੁਹਾਨੂੰ ਆਵਾਜ਼ਾਂ ਮਾਰਦੀ ਹੈ, ਆਤਮਾ ਤਾਂ ਹੁੰਦੀ ਹੈ ਕਹਿੰਦੇ ਨੀ ਭੂਤ ਪ੍ਰੇਤ ਤੋਂ ਬਚ ਕੇ ਰਹੋ, ਇੰਜ ਦੀ ਹੁੰਦੀ ਹੈ ਆਤਮਾ। ਉਹ ਸਰੀਰ ਦੇ ਕਾਬੂ ਚ ਹੁੰਦੀ ਹੈ, ਸਰੀਰ ਨੀ ਚਲੇਗਾ ਤੋ ਆਤਮਾ ਕੁਛ ਨਹੀਂ ਕਰ ਸਕਦੀ। ਸਰੀਰ ਦੇ ਅੰਦਰ ਰਹਿ ਕੇ ਆਤਮਾ ਕੁਛ ਨਹੀਂ ਕਰ ਸਕਦੀ, ਅਗਰ ਤੁਸੀਂ ਉਹਨੂੰ ਨਹੀਂ ਚਲਾਓਗੇ। ਆਤਮਾ ਨੂੰ ਚਲਾਉਣ ਵਾਸਤੇ ਆਪਣੇ ਸਰੀਰ ਨੂੰ ਓਨਾ ਚਲਾਓ ਜਿੰਨਾ ਕਿ ਤੁਹਾਡੇ ਫਾਇਦੇ ਚ ਹੋਵੇ। ਆਤਮਾ ਨੂੰ ਓਨਾ ਚਲਾਓ ਜਿੰਨਾ ਹੋ ਸਕਦਾ ਹੈ ਤੁਹਾਨੂੰ ਫਾਇਦਾ। ਆਤਮਾ ਨੂੰ ਓਨਾ ਚਲਾਓ ਜਿੰਨਾ ਹੋ ਸਕਦਾ ਹੈ ਤੁਹਾਨੂੰ ਫਾਇਦਾ, ਜੋ ਤੁਸੀਂ ਚਾਹੋ ਤੁਹਾਨੂੰ ਮਿਲੂਗਾ, ਜੋ ਤੁਸੀਂ ਚਾਹੋ ਤੁਹਾਨੂੰ ਮਿਲੂਗਾ। ਆਤਮਾ ਜਿਹੜੇ ਮੰਗਦੀ ਹੈ ਓਨਾ ਤੁਸੀਂ ਕਰਿਓ, ਆਤਮਾ ਜਿੰਨਾ ਮੰਗਦੀ ਹੈ ਓਨਾ ਤੁਸੀਂ ਕਰਿਓ। ਸਰੀਰ ਤਾਂ ਚੱਲੂਗਾ ਜੋ ਉਹਨੂੰ ਚਲਾਵੋਗੇ, ਹਿਰ ਤਾਂ ਚੱਲੂਗਾ ਜੋ ਉਹਨੂੰ ਚਲਾਵੋਗੇ। ਆਤਮਾ ਤੋਂ ਸਟਰੋਂਗ ਹੈ, ਆਪਣੇ ਸਰੀਰ ਨੂੰ ਵੀ ਓਨਾ ਸਟਰੋਂਗ ਬਣਾਓ, ਹੌਸਲਾ ਬੁਲੰਦ ਹੈ ਉਹ ਕੰਮ ਵੀ ਕਰਕੇ ਵਿਖਾਓ। ਹੌਸਲਾ ਬੁਲੰਦ ਹੈ, ਚੋਟੀ ਤੇ ਆਪਾਂ ਚੜਾਂਗੇ ਮਗਰ ਸਰੀਰ ਨੂੰ ਚਲਾਓ, ਤਾਈਆਂ ਕੰਮ ਬਣੂਗਾ ਪੈਸਾ ਤਾਊਗਾ। ਬੋਲਣ ਨਾਲ ਕੁਛ ਨਹੀਂ ਹੋਊਗਾ, ਅਗਰ ਤੁਸੀਂ ਅੱਛਾ ਬੋਲ ਸਕਦੇ ਹੋ, ਅੱਛਾ ਕਹਿ ਸਕਦੇ ਹੋ ਤੋ ਤੁਸੀਂ ਕਮਾ ਵੀ ਸਕਦੇ ਹੋ, ਮਗਰ ਆਪਣੇ ਸਰੀਰ ਨੂੰ ਚਲਾਓ। ਬੋਲਣ ਨਾਲ ਕੁਛ ਨਹੀਂ ਹੋਣਾ, ਅਗਰ ਤੁਸੀਂ ਅੱਛਾ ਬੋਲ ਸਕਦੇ ਹੋ ਤਾਂ ਆਪਣੇ ਸਰੀਰ ਨੂੰ ਓਨਾ ਚਲਾਓ, ਤਾਂ ਹੀ ਮਣੀ ਆਊਗੀ, ਤਾਂ ਹੀ ਪੈਸਾ ਆਊਗਾ, ਪੈਸਾ ਪੈਸਾ ਆਏਗਾ, ਪੈਸਾ ਪੈਸਾ ਆਏਗਾ, ਪੈਸਾ ਪੈਸਾ ਆਏਗਾ, ਪੈਸਾ ਪੈਸਾ ਆਏਗਾ। ਸਰੀਰ ਨੂੰ ਓਨਾ ਚਲਾਓ ਜਿੰਨਾ ਤੁਹਾਨੂੰ ਆਤਮਾ ਬੋਲਦੀ, ਸਰੀਰ ਨੂੰ ਓਨਾ ਚਲਾਓ ਜਿੰਨਾ ਆਤਮਾ ਬੋਲਦੀ, ਤਾਂ ਹੀ ਤਾਂ ਕਾਮਯਾਬੀ ਮਿਲੂਗੀ, ਤਾਂ ਹੀ ਪੈਸਾ ਆਊਗਾ। ਸਰੀਰ ਨੂੰ ਓਨਾ ਚਲਾਓ ਜਿੰਨਾ ਤੁਸੀਂ ਚੋਟੀ ਤੇ ਨਾ ਚੜ ਜਾਓ। ਬੋਲਣ ਨਾਲ ਕੁਛ ਨਹੀਂ ਹੁੰਦਾ, ਬੋਲਣ ਨਾਲ ਤਾਂ ਕੋਈ ਕੁੱਤਾ ਵੀ ਬੋਲਦਾ,
ਬੋਲਣ ਨਾਲ ਕੁਛ ਨੀ ਹੁੰਦਾ, ਕਰਨ ਵਾਲਾ ਕਰਕੇ ਵਿਖਾਉਂਦਾ ਏ, ਐਵੇਂ ਤਾਂ ਨੀ ਬਣਿਆ ਯੋਯੋ, ਉਹਨੂੰ ਕੁਛ ਤਾਂ ਕਰਿਆ ਹੀ ਹੋਣਾ, ਐਵੇਂ ਤਾਂ ਨੀ ਬਣਿਆ ਯੋਯੋ, ਉਹ ਬਾਦਸ਼ਾਹ ਤਾਂ ਕਦੀ ਨੀ ਬਣੂਗਾ ਯੋਯੋ, ਯੋਯੋ ਹਨੀ ਸਿੰਘ ਤਾਂ ਆਪਾਂ ਬਣਾਇਆ, ਉਹਨੇ ਕੰਮ ਕਰਿਆ ਤਾਂ ਹੀ ਬਣਾਇਆ, ਬੋਲਣ ਨਾਲ ਕੁਛ ਨੀ ਹੁੰਦਾ, ਚੋਟੀ ਤੇ ਪਹੁੰਚਣਾ ਆਸਾਨ ਨੀ ਹੁੰਦਾ, ਓਟੀ ਪਹੁੰਚਣਾ ਵੀ ਆਸਾਨ ਹੁੰਦਾ, ਅਗਰ ਸਰੀਰ ਨੂੰ ਓਨਾ ਚਲਾਓ ਸਰੀਰ ਚੱਲੂਗਾ ਤਾਂ ਕਾਮਯਾਬੀ ਮਿਲੂਗੀ, ਅਗਰ ਸਰੀਰ ਨਹੀਂ ਚੱਲੂਗਾ ਤਾਂ ਕੁਛ ਨੀ, ਬੋਲਣ ਨਾਲ ਕੁਛ ਨੀ ਹੁੰਦਾ, ਅਗਰ ਬੋਲੇਗਾ ਤਾਂ ਐਵੇਂ ਰਹਿ ਜਾਊਗਾ, ਕਰਕੇ ਵਿਖਾਉਣਾ ਹੈ ਤਾਂ ਸਰੀਰ ਨੂੰ ਓਨਾ ਚਲਾਓ, ਕਰਕੇ ਵਿਖਾਉਣਾ ਹੈ ਤਾਂ ਸਰੀਰ ਨੂੰ ਓਨਾ ਚਲਾਓ, ਬੋਲਣ ਨਾਲ ਕੁਛ ਨੀ ਹੁੰਦਾ, ਬੋਲਣ ਨਾਲ ਕੁਛ ਨੀ ਹੁੰਦਾ, ਸਰੀਰ ਨੂੰ ਓਨਾ ਚਲਾਓ, ਸਰੀਰ ਨੂੰ ਓਨਾ ਚਲਾਓ, ਤਾਂ ਹੀ ਤਾਂ ਪਿਆ ਪਿਆ ਕਹਿੰਦੇ ਹੈ ਨਾ, ਪਿਆ ਹਰ ਕਿਸੇ ਦੇ ਬਸ ਦਾ ਨਹੀਂ, ਹੁਣ ਪਹੁੰਚਣਾ ਹਰ ਕਿਸੇ ਦਾ ਬਸ ਦਾ ਨਹੀਂ, ਤਾਂ ਹੀ ਤਾਂ ਬਣੂਗਾ ਨਾਰੰਗ ਨਾਰੰਗ ਨਾਰੰਗ, ਅਗਲਾ ਨੰਬਰ ਵਨ ਹੋਊਗਾ ਨਾਰੰਗ, ਓਕੇ ਸ਼੍ਰੀ ਨੂੰ ਨਾ ਚਲਾਓ ਜੀ, ਯੇ ਯੋਯੋ ਹਨੀ ਸਿੰਘ, ਵੇਲਾ ਖਾਣ ਦੀ ਤੈਨੂੰ ਆਦਤ ਹੋ ਗਈ ਹੈ, ਵੇਲਾ ਬਹਿਣ ਦੀ ਤੈਨੂੰ ਆਦਤ ਹੋ ਗਈ ਹੈ, ਕਹਿਣ ਨੂੰ ਤੂੰ ਤੂੰ ਕਹਿੰਦਾ ਹੈ ਤੂੰ ਰਾਜਾ ਹੈ, ਮੇਰੇ ਖਿਆਲ ਚ ਤੇਰੇ ਵੱਡਾ ਭਿਖਾਰੀ ਕੋਈ ਨਹੀਂ, ਕਹਿਣ ਨੂੰ ਤੂੰ ਕਹਿੰਦਾ ਹੈ ਤੂੰ ਰਾਜਾ ਹੈ, ਕਹਿਣ ਨੂੰ ਤੂੰ ਕਹਿ ਦੇਗਾ ਤੇ ਮੈਂ ਤਾਂ ਉਹੀ ਕਰ ਲਵਾਂਗਾ ਜੋ ਕੋਈ ਨੀ ਕਰ ਸਕਦਾ, ਬਾਈ ਇੱਕ ਹੁੰਦੀ ਹੈ ਅੰਦਰ ਆਤਮਾ, ਉਹ ਹੁੰਦੀ ਹੈ ਸਟਰੋਂਗ, ਸਰੀਰ ਨੂੰ ਅਗਰ ਤੂੰ ਚਿਲਾਏਗਾ ਨਹੀਂ ਅੰਦਰ ਆਤਮਾ ਤੂੰ ਕਰ ਦੇਗੀ, ਅਗਰ ਇਹ ਜੀਵਨ ਹੈ ਆਤਮਾ ਨਹੀਂ, ਸਰੀਰ ਖਤਮ ਹੋ ਜਾਏਗਾ ਆਤਮਾ ਨਹੀਂ, ਉਹਨੂੰ ਚਲਾਏਗਾ ਸਰੀਰ ਨੂੰ ਜੋ ਤੂੰ ਕਹਿੰਦਾ ਹੈ ਹੋਊਗਾ, ਸਭ ਕੁਛ ਬਣ ਜਾਂਦਾ ਹੈ, ਯੋਯੋ ਹਨੀ ਸਿੰਘ ਆਤਮਾ ਬਹੁਤ ਸਟਰੋਂਗ ਹੈ, ਗੰਦਾ ਆਦਮੀ ਮਗਰ ਉਹਦਾ ਸਰੀਰ ਵੀ ਸਟਰੋਂਗ ਹੈ, ਕਿਉਂ ਉਹ ਚਾਹੁੰਦਾ ਹੈ ਜੋ ਮੈਂ ਕਰਾਂਗਾ ਮੈਂ ਹਾਸਿਲ ਕਰਾਂਗਾ, ਹਰ ਬੰਦੇ ਨੂੰ ਗੰਦਾ ਹੋਣਾ ਪੈਂਦਾ ਹੈ, ਘਰ ਬੈਠੇ ਸ਼ਰੀਫਾ ਬਣ ਕੇ ਕੁਛ ਨਹੀਂ ਹੋਣਾ, ਮਤਲਬ ਮੇਰਾ ਕਹਿਣ ਦਾ ਮਤਲਬ ਹੈ ਆਪਣੇ ਸਰੀਰ ਨੂੰ ਵਧੀਆ ਬਣਾਓ ਸਟਰੋਂਗ ਬਣਾਓ, ਜੋ ਆਤਮਾ ਕਹਿੰਦੀ ਹੈ ਉਹ ਕਰਕੇ ਵਿਖਾਓ, ਜਿਹੜੀ ਆਤਮਾ ਤੁਹਾਨੂੰ ਆਵਾਜ਼ਾਂ ਮਾਰਦੀ ਹੈ, ਆਤਮਾ ਤਾਂ ਹੁੰਦੀ ਹੈ ਕਹਿੰਦੇ ਨੀ ਭੂਤ ਪ੍ਰੇਤ ਤੋਂ ਬਚ ਕੇ ਰਹੋ, ਇੰਜ ਦੀ ਹੁੰਦੀ ਹੈ ਆਤਮਾ, ਉਹ ਸਰੀਰ ਦੇ ਕਾਬੂ ਚ ਹੁੰਦੀ ਹੈ, ਸਰੀਰ ਨੀ ਚਲੇਗਾ ਤੋ ਆਤਮਾ ਕੁਛ ਨੀ ਕਰ ਸਕਦੀ, ਸਰੀਰ ਦੇ ਅੰਦਰ ਰਹਿ ਕੇ ਆਤਮਾ ਕੁਛ ਨੀ ਕਰ ਸਕਦੀ, ਅਗਰ ਤੁਸੀਂ ਉਹਨੂੰ ਨਹੀਂ ਚਲਾਓਗੇ, ਆਤਮਾ ਆਤਮਾ ਨੂੰ ਚਲਾਉਣ ਵਾਸਤੇ ਆਪਣੇ ਸਰੀਰ ਨੂੰ ਓਨਾ ਚਲਾਓ ਜਿੰਨਾ ਕਿ ਤੁਹਾਡੇ ਫਾਇਦੇ ਚ ਹੋਵੇ, ਆਤਮਾ ਨੂੰ ਓਨਾ ਚਲਾਓ ਜਿੰਨਾ ਹੋ ਸਕਦਾ ਹੈ ਤੁਹਾਨੂੰ ਫਾਇਦਾ, ਆਤਮਾ ਨੂੰ ਓਨਾ ਚਲਾਓ ਜਿੰਨਾ ਹੋ ਸਕਦਾ ਹੈ ਤੁਹਾਨੂੰ ਫਾਇਦਾ, ਜੋ ਤੁਸੀਂ ਚਾਹੋ ਤੁਹਾਨੂੰ ਮਿਲੂਗਾ, ਜੋ ਤੁਸੀਂ ਚਾਹੋ ਤੁਹਾਨੂੰ ਮਿਲੂਗਾ, ਆਤਮਾ ਜਿਹੜੇ ਮੰਗਦੀ ਹੈ ਓਨਾ ਤੁਸੀਂ ਕਰਿਓ, ਆਤਮਾ ਜਿੰਨਾ ਮੰਗਦੀ ਹੈ ਓਨਾ ਤੁਸੀਂ ਕਰਿਓ,
ਸਰੀਰ ਤਾਂ ਚੱਲੂਗਾ, ਜੋ ਉਹਨੂੰ ਚਲਾਵੋਗੇ ਇਰ ਤਾਂ ਚੱਲੂਗਾ, ਜੋ ਉਹਨੂੰ ਚਲਾਵੋਗੇ ਆਤਮਾ ਤਾਂ ਸਟਰੋਂਗ ਹੈ। ਆਪਣੇ ਸਰੀਰ ਨੂੰ ਵੀ ਓਨਾ ਸਟਰੋਂਗ ਬਣਾਓ, ਹੌਸਲਾ ਬੁਲੰਦ ਹੈ, ਉਹ ਕੰਮ ਵੀ ਕਰਕੇ ਵਿਖਾਓ, ਹੌਸਲਾ ਬੁਲੰਦ ਹੈ। ਚੋਟੀ ਤੇ ਆਪਾਂ ਚੜਾਂਗੇ, ਮਗਰ ਸਰੀਰ ਨੂੰ ਚਲਾਓ, ਤਾਈਆਂ ਕੰਮ ਬਣੂਗਾ, ਪੈਸਾ ਤਾਊਗਾ, ਬੋਲਣ ਨਾਲ ਕੁਛ ਨਹੀਂ ਹੋਊਗਾ। ਅਗਰ ਤੁਸੀਂ ਅੱਛਾ ਬੋਲ ਸਕਦੇ ਹੋ, ਅੱਛਾ ਕਹਿ ਸਕਦੇ ਹੋ, ਤੋ ਤੁਸੀਂ ਕਮਾ ਵੀ ਸਕਦੇ ਹੋ, ਮਗਰ ਆਪਣੇ ਸਰੀਰ ਨੂੰ ਚਲਾਓ। ਬੋਲਣ ਨਾਲ ਕੁਛ ਨਹੀਂ ਹੋਣਾ, ਅਗਰ ਤੁਸੀਂ ਅੱਛਾ ਬੋਲ ਸਕਦੇ ਹੋ ਤਾਂ ਆਪਣੇ ਸਰੀਰ ਨੂੰ ਓਨਾ ਚਲਾਓ, ਤਾਂ ਹੀ ਮਣੀ ਆਊਗੀ, ਤਾਂ ਹੀ ਪੈ ਆਊਗਾ।